जीआरपी पुलिस गुरदासपुर में तैनात पुलिस मुलाजिम जसवीर सिंह को लगी गोली। हालत गंभीर होने के चलते अमृतसर किया गया रेफर। अपने ड्यूटी राइफल की सफाई करते समय लगी सिर में गोली। पुलिस कर रही जांच। जीआरपी पुलिस गुरदासपुर में बतौर होमगार्ड जवान तैनात जसवीर सिंह अपनी ड्यूटी राइफल से गोली लगने के कारण गंभीर जख्मी हो गया। मौके पर पहुंचे जांच करने पुलिस अधिकारी ने बताया कि सूचना मिली थी कि रेलवे स्टेशन गुरदासपुर की पुलिस चौकी में तैनात होमगार्ड के जवान जसवीर सिंह को अपनी ड्यूटी राइफल की गोली लगने से गंभीर जख्मी हो गया। पूछताछ दौरान पता चला कि राइफल साफ करते समय अचानक चली गोली लगने से यह घटना घटित हुई। फिलहाल जख्मी जसवीर सिंह को अमृतसर रेफर किया गया और पुलिस आगे की जांच करने में जुटी। ਅੱਜ ਕੰਟਰੋਲ ਰਾਹੀਂ ਗੁਰਦਾਸਪੁਰ ਤੋਂ ਮੈਸੇਜ ਮਿਲਿਆ ਸੀਗਾ ਕਿ ਇੱਥੇ ਸਾਡੀ ਜਿਹੜੀ ਚੌਂਕੀ ਹੈ ਰੇਲਵੇ ਦੀ ਇੱਥੇ ਸਟੇਸ਼ਨ 'ਤੇ ਉੱਥੇ ਇੱਕ ਜਵਾਨ ਹੋਮਗਾਰਡ ਦਾ ਜਿਹੜਾ ਉਹਨੂੰ ਗੋਲੀ ਲੱਗੀ ਹੈ। ਜੋ ਅਸੀਂ ਅਤੇ ਉਹਨਾਂ ਦੇ DSP ਸਾਹਿਬ ਆਪਾਂ ਮੌਕੇ 'ਤੇ ਆਏ ਹਾਂ। ਜੋ ਉਹਨੂੰ ਤਾਂ ਸਿਵਲ ਹੋਸਪਿਟਲ ਪਹੁੰਚਾਇਆ ਸੀਗਾ, ਉਹਨੂੰ ਰੈਫਰ ਅੱਗੇ ਅੰਮ੍ਰਿਤਸਰ ਕੀਤਾ, ਵੱਖੀ ਦੇ ਵਿੱਚ ਉਹਦੀ ਗੋਲੀ ਲੱਗੀ ਹੈ। ਜੋ ਜਿਹੜੇ ਮੌਕੇ ਤੋਂ ਹਾਲਾਤ ਤੋਂ ਲੱਗਦਾ ਵੀ ਪਾਣੀ ਪੀਣ ਵਾਸਤੇ ਗਿਆ ਬਾਹਰ ਨਲਕੇ 'ਤੇ, ਜਾਂ ਤਾਂ ਪਾਣੀ ਜਿਹੜੀ ਉਹ ਰੈਫਰ ਨੂੰ ਜਾਂ ਤਾਂ ਆਪਣੇ ਬੋਡੀ ਨਾਲ ਕਿਤੇ ਇਹਨੇ ਰੱਖਿਆ ਹੋਵੇਗਾ, ਜਾਂ ਇਹੋ ਜਿਹੇ ਹਾਲਾਤ ਲੱਗਦਾ ਕਿ ਅਚਾਨਕ ਗੋਲੀ ਚੱਲ ਕੇ ਉਹਦੇ ਲੱਗੀ ਆ। ਜਿਵੇਂ ਕਿ ਉਹ ਕਹਿ ਰਿਹਾ ਮੈਂ ਸਾਫ਼ ਸੂਫ਼ ਕਰਨ ਲੱਗਾ ਜਾਂ ਸਾਫ਼ ਕਰਨ ਲੱਗੀ, ਕੋਈ ਉਹੋ ਜਿਹਾ ਹੋਰ ਸਿਮਟਮ ਹਾਲਾਤ ਫਿਲਹਾਲ ਤਾਂ ਨਹੀਂ ਲੱਗਦੇ, ਅਤੇ ਬਾਕੀ ਜੋ ਵੀ ਉਹਦੇ ਬਿਆਨ ਮੁਤਾਬਕ ਕਰਦੇ ਕਰ ਰਹੇ। ਇਹ 303 ਦਾ ਮਸਲਾ ਸੀ। ਅਜੇ ਕੰਡੀਸ਼ਨ ਠੀਕ ਹੈ ਉਹਦੀ, ਉਹਨਾਂ ਨੇ ਅੰਮ੍ਰਿਤਸਰ ਰੈਫਰ ਕੀਤਾ, ਸਾਡੇ ਲੈ ਕੇ 400 ਨਾਲ ਗਏ ਆ। ਗੁਰਦਾਸਪੁਰ ਸੇ ਜਸਵਿੰਦਰ ਬੇਦੀ ਕੀ ਰਿਪੋਰਟ।